ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ। ਨੈਕਸਟ ਡੇ ਹੋ ਚੁੱਕਿਆ ਅਤੇ ਅੱਜ ਸ਼ੋਅ ਹੈ ਜੀ, ਅਤੇ ਮੈਨੂੰ ਜ਼ੁਕਾਮ ਲੱਗ ਗਿਆ। ਇਹ ਤਾਂ ਉਹ ਗੱਲ ਹੋ ਗਈ, ਕਹਿੰਦਾ ਗੰਜੇ ਦਾ ਨਿਕਲਣਾ ਹੋ ਗਿਆ ਅਤੇ ਔਲੇ ਦਾ ਵਰਨਾ ਹੋ ਗਿਆ ਜਾਂ ਗੜੇ ਦਾ ਵਰਨਾ ਹੋ ਗਿਆ, ਹੈ ਨਾ। ਅਤੇ ਬਾਕੀ ਕਹਿੰਦੇ ਇੱਧਰ ਚਾਹ ਬਣੀ ਜਾਂਦੀ ਆਪਣੇ ਬਾਈ ਹੁਣ ਕਰੀ ਜਾਂਦੇ ਤਿਆਰ, ਅਤੇ ਆਪਾਂ ਫਿਰ ਪੀ ਕੇ ਅਤੇ ਹੋ ਜਾਵਾਂਗੇ ਸੈੱਟ ਕਰ ਲਈ। ਕੋਈ ਨਹੀਂ, ਸਤਿ ਸ਼੍ਰੀ ਅਕਾਲ ਬਾਈ ਜੀ, ਬਣ ਗਈ ਚਾਹ ਹੈ ਭਾਜੀ ਨੂੰ ਵਕੀਲ ਲਾਈ ਜਾਂਦੇ ਪਰੌਂਠੇ ਬਾਹਰ ਦਾ ਵੀ ਦੇਖ ਲਓ ਜੀ। ਲਓ ਜੀ ਚਾਹ ਰੈਡੀ ਹੈ, ਗਰਮ ਗਰਮ ਧੂੰਆਂ ਨਿਕਲ ਜਾਂਦਾ ਕਹਿੰਦਾ, ਹੈ ਪੀ ਕੇ ਤਾਂ ਹੋ ਜਾਂਦਾ ਫਿਰ ਰੈਡੀ ਆਪਾਂ। ਲਓ ਜੀ, ਮੈਂ ਅਤੇ ਦਵਿੰਦਰ ਭਾਜੀ ਨਿਕਲ ਚੁੱਕੇ ਹਾਂ ਜੀ ਮੇਲੇ ਵਾਲੀ ਜਗ੍ਹਾ 'ਤੇ, ਅਤੇ ਆਪਾਂ ਰੈਡੀ ਰੈਡਾ ਸਭ ਓਕੇ ਕੰਮ, ਅਤੇ ਜ਼ੁਕਾਮ ਤਾਂ ਹੈਗਾ, ਚਲੋ ਕੋਈ ਨਾ ਕੋਈ ਚੱਕਰ ਵਾਲੀ ਗੱਲ ਨਹੀਂ, ਚੱਲਦੇ ਫਿਰ ਉੱਥੇ ਮੇਲੇ ਵਾਲੀ ਜਗ੍ਹਾ 'ਤੇ ਆਪ ਚੱਲੀ। ਖਾੜਾ ਜਜ਼ਾ ਪਿਆ ਜੀ ਪੂਰਾ, ਦੇਖੋ ਲੋਕ ਆਏ ਹੋਏ ਆ, ਠੰਡੀ ਹਵਾ ਚੱਲ ਰਹੀ ਹੈ, ਬਹੁਤ ਅੱਛਾ ਮਾਹੌਲ ਬਣਿਆ ਹੋਇਆ, ਬਾਈ ਨੇ ਮਾਹੌਲ ਬਹੁਤ ਸੋਹਣਾ ਬਣਾ ਰੱਖਿਆ ਵੀਰਾ, ਬਹੁਤ ਅੱਛੀ ਪਰਫੋਰਮੈਂਸ ਕਰੀ ਜਾਂਦਾ। ਇਹ ਦੇਖੋ ਜੀ ਪੂਰਾ, ਇਦੂ ਬਾਅਦ ਹੁਣ ਵਾਰੀ ਹੈਗੀ ਜੀ ਆਪਣੀ, ਚਲੋ ਵਾਹਿਗੁਰੂ ਮਿਹਰ ਕਰੇ। ਲਓ ਜੀ, ਇਸ ਟਾਈਮ ਆਪਾਂ ਹਾਂ ਜੀ ਕੈਨੇਡਾ ਦੇ ਪਿੰਡਾਂ ਵੱਲ,
ਤੇ ਕੈਨੇਡਾ ਦੇ ਪਿੰਡ ਕਿੱਦਾਂ ਦੇ ਆ ਉਹ ਸਾਨੂੰ ਦਿਖਾਉਣ ਲੈ ਕੇ ਜਾ ਰਹੇ ਆ ਸਾਡੇ ਪ੍ਰਗਟ ਕਿਸਾਨਾਂ ਭਾਅ ਜੀ ਹੋਣੀ ਜੋ ਕਿ ਅਸੀਂ ਮੋਹਾਲੀ ਇਕੱਠੇ ਰਹਿੰਦੇ ਸੀਗੇ ਹੁਣ ਉਹ ਆਪਣੀ ਫੈਮਿਲੀ ਨਾਲ ਇੱਥੇ ਰਹਿ ਰਹੇ ਆ ਅਤੇ ਉਹ ਸਾਨੂੰ ਕੈਨੇਡਾ ਦੇ ਪਿੰਡ ਦਿਖਾਉਣ ਲੈ ਕੇ ਜਾ ਰਹੇ ਆ ਅਤੇ ਆਪਾਂ ਦੇਖਦੇ ਆ ਅਤੇ ਨਾਲੇ ਤੁਹਾਨੂੰ ਵੀ ਇੰਜੋਏ ਕਰਵਾਉਣੇ ਆ ਬਾਕੀ ਪਰਫੋਰਮੈਂਸ ਬਾਰੇ ਵਿਚਾਰ ਜੋ ਹੈ ਉਹ ਕਮੈਂਟ ਬਾਕਸ ਵਿੱਚ ਤੁਸੀਂ ਜ਼ਰੂਰ ਦੱਸਣੇ ਆ ਅਤੇ ਉੱਥੇ ਲੋਕਾਂ ਨੇ ਬਹੁਤ ਖੂਬ ਇੰਜੋਏ ਕੀਤਾ ਬਹੁਤ ਵਧੀਆ ਲੱਗਿਆ ਲਾਈਵ ਪਰਫੋਰਮ ਕਰਕੇ ਮੇਰਾ ਫਸਟ ਟਾਈਮ ਸੀਗਾ ਅਤੇ ਇੱਕ ਮੇਰੇ ਖਿਆਲ ਨਾਲ ਇੱਕ ਰਿਕਾਰਡ ਹੀ ਹੈ ਕਿ ਬੰਦਾ ਪਹਿਲੀ ਵਾਰੀ ਲਾਈਵ ਸ਼ੋਅ ਆ ਰਿਹਾ ਉਹ ਵੀ ਕੈਨੇਡਾ ਮੇਰੇ ਲਈ ਸਭ ਕੁਛ ਨਵਾਂ ਸੀਗਾ ਬਾਕੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਲੋਕਾਂ ਨੇ ਵੀ ਖੂਬ ਇੰਜੋਏ ਕੀਤਾ ਸੋ ਜੀ ਘੁੰਮ ਘੁੰਮਾ ਕੇ ਆਪਾਂ ਆ ਚੁੱਕੇ ਹਾਂ ਜੀ ਮੇਲੇ ਵਾਲੀ ਜਗ੍ਹਾ 'ਤੇ ਵਾਪਸ ਅਤੇ ਹੁਣ ਭੀੜ ਹੋਰ ਵੀ ਜ਼ਿਆਦਾ ਵੱਧ ਚੁੱਕੀ ਹੈ ਅਤੇ ਬਾਈ ਨੇ ਰੌਣਕਾਂ ਲਾ ਰੱਖੀਆਂ ਬਾਈ ਨਿਰਵੈਰਪਨ ਨੂੰ ਲੱਗਿਆ ਹੋਇਆ ਸਟੇਜ 'ਤੇ ਇਸ ਟਾਈਮ ਜੀ ਹੋਰ ਤੁਹਾਨੂੰ ਦਿਖਾਉਣਾ ਜੀ ਮੇਲਾ ਇੱਧਰ ਇਹ ਆਪਣੀਆਂ ਰਾਜਸਥਾਨ ਵਾਲੀ ਪੁੱਤਰੀਆਂ ਜੀ ਇੱਥੇ ਦੇਖੋ ਇਹਨਾਂ ਦੀ ਕਿੱਡੀ ਕਦਰ ਬਹੁਤ ਵਧੀਆ ਬਹੁਤ ਵਧੀਆ ਬੜੀ ਖੁਸ਼ੀ ਹੋਈ ਯਾਰ ਮੇਰੇ ਤਾਂ ਸੱਚੀ ਦਿਲ ਜਿਹਾ ਨੀ ਲੱਗੀ ਜਾਂਦਾ ਸੀ ਤੁਹਾਨੂੰ ਦੇਖ ਕੇ ਮੈਨੂੰ ਇੱਕ ਚਾਹ ਚੜ ਗਿਆ ਕਹਿੰਦਾ ਨਾ ਚਾਹ ਬਿਲਕੁਲ ਬਿਲਕੁਲ ਚਲੋ ਮਹਾਰਾਜ ਚੜ੍ਹਦੀ ਕਲਾ ਕਰੇ ਬਾਈ ਹੁਣ ਇੱਥੇ ਆ ਕੇ ਮਿਹਨਤਾਂ ਕਰਦੇ ਆ ਤਾਂ ਪਰਮਾਤਮਾ ਇਹਨਾਂ ਦੀ ਮਿਹਨਤ ਨੂੰ ਰੰਗ ਭਾਗ ਲਾਵੇ ਬਸ ਇਹੀ ਦੁਆਵਾਂ ਸਾਡੀਆਂ ਤੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਸਾਡੇ ਜਿੰਨੇ ਵੀ ਵੀਰ ਆ ਇੱਥੇ ਰਹਿ ਰਹੇ ਆਪਣੇ ਪੰਜਾਬ ਤੋਂ ਆਏ ਆ ਜਾਂ ਰਾਜਸਥਾਨ ਤੋਂ ਆਏ ਜਾਂ ਕਿਤੋਂ ਵੀ ਆਏ ਆ ਇੱਥੇ ਆ ਕੇ ਮਿਹਨਤਾਂ ਕਰਦੇ ਤਾਂ ਉਹਨਾਂ ਮਿਹਨਤ ਨੂੰ ਰੰਗ ਭਾਗ ਲੱਗਦੇ ਇਹੀ ਸਾਡੀਆਂ ਦੁਆਵਾਂ ਬਾਕੀ ਹੁਣ ਮੈਂ ਕਰਦਾ ਬਾਈ ਨਾਲ ਗੱਲਾਂ ਬਾਤਾਂ ਦੋਸਤੋ ਹੁਣ ਆਪਾਂ ਚੱਲੇ ਹਾਂ ਜੀ ਟੋਰਾਂਟੋ ਸ਼ਹਿਰ ਵੱਲ ਅਤੇ ਉੱਥੇ ਆਪਾਂ ਇਹ ਬੀਚ 'ਤੇ ਆਪਣੇ ਗਾਣੇ ਦਾ ਜੋ ਸ਼ੂਟ ਹੈ ਉਹ ਕਰਕੇ ਆਉਣਾ ਅਤੇ ਗੋਲਡਨ ਜਿਹੜਾ ਆਵਰ ਉਹ ਚੱਲੀ ਜਾਂਦਾ ਅਤੇ ਰੱਬ ਸੁੱਖ ਰੱਖੇ ਫਿਲਮਸ ਵਾਲੇ ਵੀਰ ਆਪਣੇ ਗੰਗਾਨਗਰ ਦੇ ਆ ਉਹ ਆਪਣੇ ਗਾਣੇ ਦਾ ਸ਼ੂਟ ਕਰ ਰਹੇ ਆਓ ਚੱਲਦੇ ਫਿਰ ਇਹ ਦੇਖੋ ਜੀ ਗੋਰੇ ਇੱਥੇ ਇੰਜੋਏ ਕਰਨ ਆਉਂਦੇ ਆ ਬੀਚ 'ਤੇ ਵੀਕਐਂਡ ਵਾਲੇ ਦਿਨ ਬਹੁਤ ਅੱਛਾ ਮਾਹੌਲ ਹੁੰਦਾ ਜੀ ਇੱਥੇ ਦੇਖਣ ਵਾਲਾ ਕਈ ਸਾਲ ਤੇਰਾ ਗੁਮਟੀ ਖੁੱਲ ਕੇ ਹੱਸਿਆ ਨੀ ਕੁਝ ਕਿਤਾਬਾਂ ਕਲਮ ਤੇ ਚੱਕੀ ਚਾਬੀ ਗੱਡੀ ਦੀ ਚੱਕਣ ਨੂੰ ਅਸਲਾ ਚੱਕ ਲੈਂਦਾ ਪਰ ਚੱਕਿਆ ਨੀ ਕੁਝ ਕਿਤਾਬਾਂ ਕਲਮ ਤੇ ਚੱਕੀ ਚਾਬੀ ਗੱਡੀ ਦੀ ਚੱਕਣ ਨੂੰ ਅਸਲਾ ਚੱਕ ਲੈਂਦਾ ਪਰ ਚੱਕਿਆ ਨੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਹਾਂਜੀ ਬਾਬੇ ਉਹ ਪ੍ਰੋਗਰਾਮ ਸਾਰੇ ਆਪਾਂ ਨਿਬੇੜਤੇ ਆ ਅਤੇ ਹੁਣ ਬਾਈ ਹੁਣਾਂ ਦਾ ਆਪਾਂ ਬਹੁਤ ਇੰਜੋਏ ਕੀਤਾ ਅੱਜ ਬੜੇ ਮਤਲਬ ਘੈਂਟ ਬੰਦੇ ਆ ਸਾਡੇ ਰਾਜਸਥਾਨ ਦੇ ਭਰਾ ਸਾਡੇ ਅਤੇ ਬਾਕੀ ਹੁਣ ਅਸੀਂ ਘੁੰਮ ਘੁੰਮਾ ਕੇ ਰਾਤ ਦੇ 3:30 ਵੱਜ ਗਏ ਅਤੇ ਬਾਈ ਹੁਣ ਠੰਡ ਨਹੀਂ ਲੱਗਦੀ ਮੈਨੂੰ ਇਕੱਲੇ ਨੂੰ ਲੱਗਦੀ ਇਹ ਇੱਥੇ ਬਰਫ਼ 'ਚ ਰਹਿ ਪਿਆ ਮੈਂ ਯਾਰ ਹੁਣ ਤੁਹਾਨੂੰ ਪਤਾ ਹੈ ਨਾ ਅਤੇ ਹੋਰ ਠੀਕ ਹੋ ਬਾਈ ਵਧੀਆ ਸਿਰਾ ਲੱਗਿਆ ਨੀਂਦ ਬਹੁਤ ਜ਼ਿਆਦਾ ਆਈ ਜਾਂਦੀ ਪਿੱਛੇ ਬਾਈ ਤਾਂ ਸੁੱਤਾ ਪਿਆ ਹੁਣ ਮੈਂ ਵੀ ਜਾ ਕੇ ਸੌਂਦਾ ਅਤੇ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਹੁਣ ਕੱਲ੍ਹ ਆਪਾਂ ਜੋ ਆਪਣੇ ਗਾਣੇ ਦਾ ਸ਼ੂਟ ਥੋੜ੍ਹਾ ਜਿਹਾ ਰਹਿ ਗਿਆ ਸੀ ਬਾਕੀ ਉਹ ਕਰਾਂਗੇ ਅਤੇ ਨਾਲੇ ਤੁਹਾਨੂੰ ਕੈਨੇਡਾ ਦੀ ਸੈਰ ਕਰਾਵਾਂਗੇ ਇੱਧਰ ਇੱਧਰ ਠੀਕ ਹੈ ਜੀ ਅਤੇ ਇੱਦਾਂ ਹੀ ਜੁੜੇ ਰਹੋ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਵਾਹਿਗੁਰੂ ਚੜ੍ਹਦੀ ਕਲਾ ਕਰੇ ਜੀ ਧੰਨਵਾਦ
ਹੋ